ਆ ਜਿਹੜੇ ਆ ਬਾਬੇ ਆਲੇ ਦੁਆਲੇ ਬਥੇਰੇ ਬੈਠੇ ਆ ਇਹ ਘੱਟ ਕਰਦੇ ਕਿਤੇ ਇਹ ਢਾਬੇ ਜਿਨ੍ਹਾਂ ਦੇ ਬੰਦ ਹੁੰਦੇ ਆ ਪਰ ਇਹੋ ਜਿਹੀਆਂ ਗੱਲਾਂ ਹੀ ਉਡਾਉਣ ਵਾਲੇ ਇਹੀ ਜਿਹੜਾ ਮੱਥਾ ਤੇ ਬਾਬਾ ਜੀ ਮੈਂ ਦੀਵਾਨ ਚ ਗਏ ਸੀ ਗਿਆ ਸੀ ਤੂੰ ਓਏ ਨਿੰਦਿਆ ਨਹੀਂ ਸੁਣੀ ਦੀ ਆਖੋ ਸਤਨਾਮ ਏਦਾਂ ਇਹ ਨਿੰਦਿਆ ਕਰਦੇ ਐ ਗਲਤ ਗੱਲਾਂ ਕਰਦੇ ਐ ਇਹ ਨਿੰਦਕ ਨੇ ਸੁਣਿਆ ਨਾ ਕਰੋ ਜਾਈ ਨਾ ਤੂੰ ਨਾ ਜਾਇਆ ਕਰ ਨਰਕਾਂ ਚ ਜਾਏਗਾ ਇੱਕ ਪਤਾ ਹੈ ਆ ਕੱਲ ਮੈਂ ਨਵੇਂ ਹੀ ਸੁਣਿਆ ਕਿਸੇ ਬੰਦਾ ਬਾਬਾ ਬੋਲਦਾ ਕਹਿੰਦਾ 18 ਕੁੰਡ ਨਰਕਾਂ ਦੇ ਨੇ ਕਹਿੰਦਾ ਕਤਾਂ 18 ਕਹਿੰਦਾ ਸੀ 18 ਆਖੇ 18 ਕੁੰਡ ਨੇ ਉੱਤੇ ਅੱਛਾ ਕਹਿੰਦਾ ਇਹ 19ਵਾਂ ਤਿਆਰ ਹੋ ਰਿਹਾ ਕਹਿੰਦੇ ਕਿਹਦੇ ਲਈ ਕਹਿੰਦੇ ਜਿੰਨੇ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਨੇ ਤੇ ਜਿੰਨੇ ਤੁਸੀਂ ਸੁਣਨ ਜਾਂਦੇ ਹੋ ਕਹਿੰਦੇ ਸਾਰੇ ਉਹਦੇ ਤੇ ਜਾਓਗੇ ਮੈਂ ਕਿਹਾ ਤੇ ਕੰਮ ਵੀ ਬਹੁਤ ਵਧੀਆ ਜੇ ਮੇ ਸੰਗਤਾਂ ਵੀ ਨਾਲ ਹੀ ਆਪਾਂ ਤੇ ਫਿਰ ਉੱਥੇ ਦੀਵਾਨ ਹੀ ਲਾਵਾਂਗੇ ਵੀ ਜੇ ਨਰਕ ਉੱਤੇ ਕੋਈ ਹੈ ਫਿਰ ਅਸੀਂ ਤੇ ਸੌਣ ਵਾਲਿਆਂ ਨੂੰ ਵੀ ਕਹਾਂਗੇ ਵੀ ਨਾਲ ਹੀ ਚੱਲੋ ਤੁਸੀਂ ਵੀ ਆਪਾਂ ਆਪਣਾ ਕੰਮ ਹੀ ਕਰਾਂਗੇ ਉੱਥੇ ਵੀ ਚਿਮਟੇ ਹੀ ਵਜਾਵਾਂਗੇ ਫਿਰ ਇਹ ਤੇ ਵਧੀਆ ਜੇ ਸਾਡੇ ਲਈ ਕੁਝ ਤਿਆਰ ਹੋ ਰਿਹਾ ਉੱਤੇ ਅਸੀਂ ਸਾਡਾ ਤੇ ਨਰਕ ਵੀ ਬੈਕੁੰਠ ਬਣ ਜਾਣਾ ਸਾਡਾ ਤੇ ਨਰਕ ਵੀ ਬੈਕੁੰਠ ਹੈ ਕਿਉਂ ਗੁੰਮਰਾਹ ਕਰਦੇ ਹੋ ਲੋਕਾਂ ਨੂੰ ਸਿੱਧੀ ਗੱਲ ਦੱਸਿਆ ਕਰੋ ਐਵੇਂ ਨਾ ਉਲਝਾਈ ਜਾਓ ਸੋ ਇਸ ਕਰਕੇ ਪਿਆਰਿਓ ਗੁਰਬਾਣੀ ਨਾਲ ਜੁੜੋ ਬਸ ਕਿਵੇਂ ਨਾ ਕਿਵੇਂ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਬਣਾ ਲਈਏ ਗੁਰੂ ਸਾਹਿਬ ਤੋਂ ਬਿਨਾਂ ਕੱਖ ਨਹੀਂ ਜੀ ਸਾਡਾ ਕੱਖ ਨਹੀਂ ਵੱਟੀਂਦਾ ਤੁਹਾਡਾ ਤੁਹਾਡੇ ਗੁਰੂ ਨਾਲ ਲਿੰਕ ਬਣਾਓ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਬੋਲਿਓ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਹਿੰਦੇ ਲੋਕੀ ਨਾ ਸੱਚੀ ਕਥਾ ਤੇ ਸੁਣਨੀ ਨਹੀਂ ਚਾਹੁੰਦੇ ਪੁਰਾਣੀਆਂ ਕਹਾਣੀਆਂ ਸੁਣੀਆਂ ਨੇ ਕਹਾਣੀਆਂ ਪੁਰਾਣੀਆਂ ਚੱਲੀਆਂ ਆਉਂਦੀਆਂ ਨੇ ਕਹਾਣੀਆਂ ਤੇ ਭਰੋਸਾ ਕਰਦੇ ਨੇ ਤੇ ਸੱਚੀ ਕਥਾ ਕਰਨ ਵਾਲੇ ਦੇ ਜਾ ਕੇ ਗਲ ਪੈਂਦੇ ਨੇ ਕਹਿੰਦੇ ਅਸੀਂ ਤੇ ਅੱਜ ਤੱਕ ਐ ਸੁਣਿਆ ਤੂੰ ਆ ਹੋਰ ਹੀ ਸੁਣਾਈ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਸੁਣਿਓ ਕਹਿੰਦੇ ਸੱਚ ਦੀ ਕਥਾ ਚੰਗੀ ਨਹੀਂ ਲੱਗਦੀ ਕਹਾਣੀਆਂ ਤੇ ਭਰੋਸਾ ਤੇ ਸੱਚ ਦੀ ਕਥਾ ਕਰਨ ਵਾਲੇ ਨਾਲ ਲੜਨਗੇ ਜਾ ਕੇ ਕਿਉਂਕਿ ਪੁਰਾਣੀ ਜਿਹੜੀ ਗੱਲ ਦਿਮਾਗ 'ਚ ਬੈਠੀ ਹੋਵੇ ਹੁਣ ਜਿਹੜਾ ਬੰਦਾ ਇੱਕਦਮ ਵੇਖੋ ਸਾਨੂੰ ਪਤਾ ਹੈ ਵੀ ਆਹ ਮੇਰੀ ਮਾਂ ਹੈ ਸਾਨੂੰ ਕਿਸੇ ਬੰਦੇ ਨੇ ਜਦੋਂ ਤੋਂ ਜੰਮੇ ਆ ਐ ਪਤਾ ਵੀ ਆਹ ਮਾਂ ਹੈ ਤੇ ਜੇ ਕੋਈ ਬੰਦਾ ਇੱਕਦਮ ਹੀ ਕੋਈ ਬੀਬੀ ਲਿਆ ਕੇ ਸਾਹਮਣੇ ਖੜੀ ਕਰ ਦਿੱਤੇ ਫੇਰ ਕਵੇ ਇਹ ਤੇਰੀ ਮਾਂ ਹੈ ਆਪਾਂ ਕਿਵੇਂ ਮੰਨ ਲਾਂਗੇ ਇੱਕਦਮ ਤੇ ਕਵਾਂਗੇ ਵੀ ਇਹ ਕਿਵੇਂ ਹੋ ਗਿਆ ਅਗਲਾ ਕਹਦੇ ਵੀ ਨਹੀਂ ਇਹ ਤੇਰੀ ਅਸਲ ਮਾਂ ਹੈ ਜੰਮਿਆ ਤੈਨੂੰ ਇਹਨੇ ਸੀ ਫਿਰ ਤੈਨੂੰ ਇਹਦੀ ਗੋਦੀ ਪਾਤਾ ਸੀ ਇਹ ਵੀ ਤੇਰੀ ਮਾਂ ਪਰ ਆਹ ਮਾਂ ਹੈ ਤੇਰੀ ਚੱਕਰੀ ਘੁੰਮਜੂ ਨਾ ਸਾਡੀ ਇੱਕਦਮ ਆ ਇਤਿਹਾਸ ਜਦੋਂ ਆਪਾਂ ਐਦਾਂ ਗੁਰਬਾਣੀ ਦੀ ਵਿਚਾਰ ਹੈ ਉਹ ਇੱਕਦਮ ਜਦੋਂ ਸੁਣਦੇ ਆ ਫਿਰ ਸਾਨੂੰ ਇਹ ਲੱਗਦਾ ਹੈ ਵੀ ਯਾਰ ਇਹ ਇੱਕਦਮ ਕੀ ਹੋ ਗਿਆ ਕਹਿੰਦੇ ਫਿਰ ਲੜਨ ਲੱਗ ਪੈਂਦੇ ਆ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਹਿੰਦੇ ਰਾਰ ਕਰਤ ਕਹਿੰਦੇ ਲੜਦੇ ਨੇ ਜਾ ਕੇ ਰਾਰ ਕਰਤ ਝੂਠੀ ਲੱਗ ਗਾਥਾ ਕਹਿੰਦੇ ਝੂਠੀਆਂ ਕਹਾਣੀਆਂ ਮਗਰ ਲੱਗੇ ਹੋਏ ਲੋਕ ਸੱਚ ਦੀ ਕਥਾ ਕਰਨ ਵਾਲੇ ਦੇ ਗਲ ਪੈਂਦੇ ਆ ਸੱਚ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਕਹਾਣੀਆਂ ਤੇ ਭਰੋਸਾ ਕਰਦੇ ਆ ਝੂਠੀਆਂ ਕਹਾਣੀਆਂ ਨੂੰ ਧਰਮ ਸਮਝਦੇ ਐ ਝੂਠੀਆਂ ਕਹਾਣੀਆਂ ਨੂੰ ਧਰਮ ਮੰਨ ਕੇ ਬੈਠੇ ਆ ਵੀ ਆਹੀ ਧਰਮ ਹੈ ਆਹੀ ਸੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਕਥਾ ਨੂੰ ਸੱਚ ਉਹ ਕਥਾ ਕਰਨ ਵਾਲਿਆਂ ਦੇ ਗਲ ਪੈਂਦੇ ਲੜਦੇ ਆ ਝੂਠ ਨੂੰ ਸੱਚ ਮੰਨ ਕੇ ਬੈਠੇ ਐ ਬਾਬਿਆਂ ਦੀਆਂ ਝੂਠੀਆਂ ਕਹਾਣੀਆਂ ਨੂੰ ਵੀ ਮੰਨਦੇ ਐ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਕਥਾ ਨੂੰ ਵੀ ਨਹੀਂ ਮੰਨਦੇ ਆਖੋ ਸਤਨਾਮ ਫੇਰ ਸੁਣੋ ਬਾਬਿਆਂ ਦੀ ਝੂਠੀਆਂ ਕਹਾਣੀਆਂ ਨੂੰ ਵੀ ਸੱਚ ਮੰਨਦੇ ਆ ਕਿਵੇਂ ਐਦਾਂ ਕਹਾਣੀ ਆ ਮੈਂ ਸਟੇਜ ਤੇ ਸੁਣੀ ਐ ਅਖੇ ਜੀ ਬਾਬਾ ਜੀ ਜਾਂਦੇ ਸੀ ਫਿਰ ਕੀ ਹੋਇਆ ਕਹਿੰਦੇ ਅੱਗੇ ਲੱਗਾ ਸੀ ਨਾਕਾ ਕਹਿੰਦੇ ਹੋਰ ਗੱਡੀਆਂ ਦੇ ਕਾਗਜ਼ ਤੇ ਕਹਿੰਦੇ ਸਾਡੀਆਂ ਚ ਹੈ ਨਹੀਂ ਸੀ ਫਿਰ ਕਹਿੰਦੇ ਗੱਡੀਆਂ ਕੀੜੀਆਂ ਬਣਾ ਕੇ ਲਗਾਤੀਆਂ ਤੇ ਆਪਣੇ ਵਰਗਾ ਬੋਲੇ ਸੋ ਨਿਹਾ ਸਾਥ ਲੈ ਆ ਆ ਕਥਾ ਹੈ ਤੇ ਮੈਂ ਕਿਹਾ ਜਿਹੜੀ ਕੀੜੀਆਂ ਤੇ ਬਣ ਗਈਆਂ ਤੇ ਵਿੱਚ ਬੰਦੇ ਕੀ ਬਣੇ ਹੋਣਗੇ ਵੀ ਜਿਹੜੇ ਕੀੜੀਆਂ 'ਚ ਬੰਦੇ ਬੈਠੇ ਸੀ ਬਈ ਗੱਡੀਆਂ 'ਚ ਉਹ ਤੇ ਪਿਚਕੀ ਗਏ ਹੋਣਗੇ ਨਾਲ ਵੀ ਬੰਦਿਆਂ ਦਾ ਕੀ ਬਣਿਆ ਉਹ ਕਹਿੰਦੇ ਅੱਗੇ ਜਾ ਕੇ ਫੇਰ ਗੱਡੀਆਂ ਬਣਾਤੀਆਂ ਕਿਹੜਾ ਬੰਦਾ ਪੁੱਛੇ ਕੌਣ ਹੁਣ ਸਵਾਲ ਕੌਣ ਕਰੇ ਤੇ ਜਿਹੜਾ ਬੰਦਾ ਸਵਾਲ ਕਰੇ ਉਹਨੂੰ ਕਹਿਣਗੇ ਤਰਕ ਕਰਦੇ ਨੇ ਸ਼ੰਕੇ ਕਰਦੇ ਨੇ ਤੁਸੀਂ ਜੋ ਮਰਜ਼ੀ ਕਰੋ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਸਵਾਲ ਹੁਣ ਸ਼ੰਕਾ ਤੇ ਆਵੇਗਾ ਹੀ ਨਾ ਮਨ ਵਿੱਚ ਹੁਣ ਵੇਖੋ ਇਹ ਵੀ ਬੇਨਤੀ ਕੀਤੀ ਵੀ ਸ਼ੰਕਾ ਕੀ ਹੁੰਦਾ ਹੈ ਕਈ ਬੰਦੇ ਕਹਿੰਦੇ ਡਾਊਟ ਕਰਦੇ ਆ ਸ਼ੰਕੇ ਕਰਦੇ ਆ ਕੋਈ ਬੰਦਾ ਕਵੇ ਵੀ ਦਿੱਲੀ ਮੈਂ 4 ਘੰਟਿਆਂ 'ਚ ਗਿਆ ਆਪਾਂ ਮੰਨ ਸਕਦੇ ਹਾਂ ਵੀ ਚੱਲ ਯਾਰ ਤੁਰ ਗਿਆ ਹੋਣਾ 100 ਦੀ ਸਪੀਡ ਤੇ ਲਈ ਗਿਆ ਹੋਣਾ ਕੋਈ ਬੰਦਾ ਕਹੇ ਮੈਂ 3 ਘੰਟਿਆਂ 'ਚ ਪਹੁੰਚ ਗਿਆ ਆਪਾਂ ਮੰਨ ਲਾਂਗੇ ਯਾਰ ਸ਼ਾਇਦ 125 ਦੀ ਸਪੀਡ ਤੇ ਗਿਆ ਹੋਣਾ ਰੁਕਿਆ ਹੀ ਨਹੀਂ ਹੋਣਾ ਕਿਤੇ ਪਹੁੰਚ ਗਿਆ ਹੋਣਾ 3 ਘੰਟੇ 'ਚ ਤੇ ਜੇ ਕੋਈ ਬੰਦਾ ਕਵੇ ਅੱਧੇ ਘੰਟੇ 'ਚ ਪਹੁੰਚ ਗਿਆ ਤੇ ਫਿਰ ਆਪਾਂ ਕਹਾਂਗੇ ਵੀ ਐਂ ਕਿਵੇਂ ਪਹੁੰਚ ਗਿਆ
जो आप कहेंगे ऐ कि पहुंच गया उन्होंने कहते हैं भी तर्क करते है रौला पाते है भी ले यार गप छी जाने पूछ ही सकते भी ऐ कि तुसी जो मर्जी सुनाई जाने ऐ तो पूछ ही सकते भी यार ऐ कि होजू जिम्मे जी गल्ला करते हो जू ऐ होजू ऐदा तो पूछ ही सकते हैं बस फिर रौला पाते हूँ बंदा रौला पावे वो वेखो जी मेरे ते तर्क करते गल तर्क करदा है जे चार घंटे कहा हों क्यों तर्क करते सच ते कदे तर्क नहीं हो सकती। गुरु ग्रंथ साहब ते कोई तर्क नहीं करता गुरु ग्रंथ साहब सच ने असी गुरु ग्रंथ साहब ते तर्क नहीं कर सकते पर तुहाडियां झूठियां कहानियां जड़ों वड्डांगे जड़ों ये चेता रखे जड़ों वड्डांगे तुसी गलत गल्लां सुनाईयां ताई तरक्की नहीं की डिवेलप नहीं होया लोगों का माइंड डेड करके रखते लोग सारे बुद्धू जे बना के मगर लाई फिर भेडा बनाता बंदे नहीं बनाए भेडा पैदा कर दे मगर लगिया रहन भेडा बोलन ना असी भेडा नहीं सानू गुरु गोबिंद सिंह ने शेर बनाया अमृत छकाया सानू गुरु ग्रंथ साहब साढ़े सतगुरु ने ते गुरु ग्रंथ साहब की बाणी पढ़ांगे सुणांगे समझांगे पैर पैर ते तुसी झूठ बोलियो असी पैर पैर ते थोड़ा सवाल पुछांगे पुछांगे जरूर सवाल करांगे भी ऐदां किवें हो जू एडे एडे गप सुनाई जांदे हो तुसी लोकी अगे बैठे वाहिगुरु करी जांदे ने भोले ने तुसी भोलियां नूं ठगदे हो इस करके भाई डाउट गुरु ग्रंथ साहब ते कोई नहीं ना ही कोई कर सकता ना कोई जम्मिया करन वाला पर झूठ गुरबाणी की आड़ जिहड़ियां झूठियां गप्पां सुणाउंदे ने उहदे ते तर्क जरूर होना चाहिए।